ਫੜ ਕੱਲ ਨੂੰ ਨਾ ਆਈ ਤੇਰੇ ਵੱਸ ਦਾ ਕੰਮ ਨਹੀਂ ਹੈਗਾ ਲੰਘ ਜਾ ਘਰ ਨੂੰ ਹੈਲੋ ਕੱਲ ਨੂੰ ਨਾ ਆਈ ਮੰਗੇ ਨੂੰ ਭੇਜੀ ਮੈਂ ਥੋੜੀ ਦੇਰ ਨੂੰ ਕਰਨਾ ਦੁਬਾਰਾ ਹੋਰ ਪਾਲੀ ਬਾਈ ਕਿੱਦਾਂ ਇੱਥੇ ਕੀ ਕਰਦਾ ਮੈਂ ਤੈਨੂੰ ਮੁਰਗੀ ਖਾਣੇ ਲੱਭਣ ਦਿਆ ਸੀ ਕੱਲ੍ਹ ਉੱਥੋਂ ਪਤਾ ਲੱਗਾ ਤੂੰ ਆ ਗਿਆ ਉੱਥੋਂ ਚਾਚੇ ਬਾਰੇ ਪਤਾ ਲੱਗੇ ਸੁਣ ਕੇ ਬਹੁਤ ਬੁਰਾ ਲੱਗਿਆ ਹੋਇਆ ਕੀ ਸੀ ਵੈਸੇ ਚਾਚੇ ਨੂੰ ਕੁਛ ਨਹੀਂ ਯਾਰ ਰਾਤੀ ਰੋਟੀ ਖਾ ਕੇ ਸੁੱਤੇ ਸੀ ਸਵੇਰੇ ਜਦੋਂ ਉੱਠੇ ਤਾਂ ਕਹਿੰਦੇ ਛੱਤ 'ਤੇ ਪੀੜ ਹੋ ਰਹੀ ਹੈ ਡਾਕਟਰ ਕੋਲ ਲੈ ਕੇ ਗਏ ਅਤੇ ਪੂਰੇ ਹੋ ਗਏ ਮੈਂ ਆਉਣਾ ਸੀ ਯਾਰ ਪਰ ਫੈਕਟਰੀ 'ਚੋਂ ਛੁੱਟੀ ਨਾ ਮਿਲੀ ਮੈਨੂੰ ਹੁਣ ਕੀ ਕਰੇਗਾ ਬਾਈ ਦੇਖਦੇ ਹਾਂ ਤੇ ਗੱਲ ਬਣ ਜਾਏ ਪਰ ਗੱਲ ਬਣ ਨਹੀਂ ਰਹੀ ਡੈਡੀ ਨੇ ਵੀ ਕਰਜ਼ਾ ਚੁੱਕਿਆ ਸੀ ਹਾਲੇ ਉਹ ਵੀ ਦੇਣਾ ਹੈ ਇਹ ਗੱਲ ਕਿੰਨਾ ਬਾਈ ਹੈ ਕਿ ਕੋਈ 20,000 ਰੁਪਏ ਤੂੰ ਐਂ ਕਰ ਯਾਰ ਮੇਰੇ ਨਾਲ ਚੱਲ ਫੈਕਟਰੀ 3,000 ਰੁਪਇਆ ਮਿਲ ਜਾਂਦਾ 500 ਰੁਪਇਆ ਰਹਿ ਜਾਂਦਾ ਆ ਬਾਕੀ ਰੋਟੀ ਦਾ ਕਰ ਲਵਾਂਗੇ ਰਲ ਮਿਲ ਕੇ ਹੋਵੇ ਸੱਚ ਕਹਿ ਰਿਹਾ ਵੀਰ ਪਰ ਮੈਂ ਕਿਵੇਂ ਜਾਵਾਂਗਾ ਤੂੰ ਕੀ ਕਰੇਗਾ ਇਕੱਲਾ ਇੱਥੇ ਚਾਚਾ ਚਾਚੀ ਤਾਂ ਚਲੇ ਗਏ ਪਿੰਡ 'ਚ ਇਕੱਲਾ ਰਹਿ ਕੇ ਟੱਕਰਾਂ ਮਾਰੇਗਾ ਚੱਲ ਠੀਕ ਹੈ ਵੀਰ ਜਿਵੇਂ ਤੈਨੂੰ ਵਧੀਆ ਲੱਗੇ ਠੀਕ ਹੈ ਭਰਾ ਮੈਂ ਕੱਲ੍ਹ ਨੂੰ ਜਾਣਾ ਸੀ ਤੇਰੇ ਕਰਕੇ ਅੱਜ ਸ਼ਾਮ ਨੂੰ ਨਿਕਲ ਜਾਂਦੇ ਉੱਠ ਚੱਲ ਚਲੀਏ ਚੱਲ ਨਾਲੇ ਚਾਹ ਚੂਹ ਪੀਂਦੇ ਹਾਂ ਪਤਾ ਨਹੀਂ ਕੀ ਸੋਚੀ ਜਾਂਦਾ ਤੂੰ ਇੰਨਾ ਨਹੀਂ ਸੋਚੀ ਦਾ ਹੁੰਦਾ ਵੀਰੇ ਬਾਈ ਜੀ ਹਾਂ ਕੌਣ ਹੈ ਤੂੰ ਆਹ ਕਿਹੜਾ ਵਿਹਲਾ ਹੈਗਾ ਤੇਰਾ ਆਉਣ ਦਾ ਬਾਈ ਜੀ ਬੱਸ ਲੇਟ ਹੋ ਗਈ ਕਿਹੜੀ ਬੱਸ ਲੇਟ ਹੋ ਗਈ ਆਹ ਤਾਂ ਤੇਰਾ ਘਰ ਹੈਗਾ ਬੱਸ ਲੇਟ ਆ ਜਾ ਆਹ ਕੌਣ ਹੈ ਬਾਈ ਨਾਮ ਲੈਂਦਾ ਬੰਦਾ ਇੱਕ ਨਾ ਆਪਣੇ ਕਿੱਥੋਂ ਆਇਆ ਨਾਲ ਦਾ ਹੀ ਆ ਭਰਾ ਹੀ ਆ ਚੱਲ ਬਸ ਆਉਣ ਦੇ ਸਮਝਾ ਦੀ ਕਰਨ ਇੱਦਾਂ ਦੀ ਕੰਪਲੇਂਟ ਨਹੀਂ ਆਉਣੀ ਚਾਹੀਦੀ ਬਾਈ ਜੀ ਚੱਲ ਠੀਕ ਹੈ ਚੱਲ ਰੋਟੀ ਖਾ ਲੈ ਉਹਨੂੰ ਵੀ ਲਿਆ ਆਪਣੇ ਨਾਲ ਜਿਹੜਾ ਤੇਰਾ ਯਾਰ ਆਇਆ ਰੋਟੀ ਖਾ ਲੈ ਕੇ
ਹੱਥ ਜਿਹੜਾ ਉਹ ਹੈ ਨਾ ਫਲ ਚਾਰ ਲੈ ਲਓ ਓਕੇ ਰੁਕੋ ਹੋਰਦਾ ਓ ਸ਼ਿੰਦੇ ਹਾਂਜੀ ਬਾਈ ਓ ਕੀ ਹੋਇਆ ਹੋਇਆ ਨਹੀਂ ਤੁਹਾਡੀ ਰੋਟੀ ਆ ਗਏ ਆ ਗਏ ਆ ਗਏ ਆ ਜਾਓ ਜੱਤੀ ਆ ਗਏ ਬਾਈ ਆ ਗਏ ਫੈਕਟਰੀ ਕੰਮ ਨੀ ਹੈਗਾ ਹਾਲੇ ਕੁਛ ਦੀ ਲੋੜ ਹੈਗੀ ਤੁਹਾਨੂੰ ਬੁਲਾ ਲੈਣ ਗਿਆ ਕੀ ਹੋਇਆ ਹੁਣ ਗਏ ਨੀ ਤੂੰ ਹਾਲੇ ਪੈਸੇ ਲੈ ਲਈ ਅਗਲੇ ਹਫ਼ਤੇ ਹਾਲੇ ਨੀ ਹੈਗਾ ਸਿਸਟਮ ਫਾਈਨੈਂਸ਼ੀਅਲੀ ਪ੍ਰੋਬਲਮ ਲੈ ਗਈ ਹਾਲੇ ਤੁਹਾਨੂੰ ਨਿਕਲੋ ਬਾਈ ਹੋਇਆ ਕੀ ਵੈਸੇ ਬਾਈ ਕੰਮ ਤੋਂ ਕਰਤਾ ਉਹਨਾਂ ਨੇ ਤੁਹਾਨੂੰ ਤਾਂ ਇਹ ਕੀ ਕਰਾਂਗੇ ਫਿਰ ਅਸੀਂ ਪੇਮੈਂਟ ਮੈਨੇ ਦਿੱਤੀ ਉਹਨਾਂ ਨੇ ਪਿਛਲੇ ਮਹੀਨੇ ਦੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੈ ਸਾਡੇ ਵਰਗੇ ਗਰੀਬਾਂ ਨਾਲ ਹੀ ਕਿਉਂ ਐਡਾ ਵੱਡਾ ਧੱਕਾ ਹੁੰਦਾ ਬਾਈ ਮੈਂ ਪਿੰਡ ਜਾ ਗਿਆ ਨਾ ਬਾਪੂ ਕੋਲ ਪੈਸੇ ਲੈ ਲੈਂਦੇ ਹਾਂ ਤੂੰ ਮੇਰਾ ਵੀਰ ਇੱਕ ਦਿਨ ਲਈ ਤੂੰ ਕਈ ਇੱਥੇ ਕੱਲ੍ਹ ਦਾ ਦਿਨ ਤੱਕ ਕੱਢ ਲਈ ਮੈਂ ਹੁਸ਼ਿਆਰਪੁਰ ਚੱਲਾਂਗੇ ਆਪਾਂ ਫਿਰ ਮੈਨੂੰ ਜਾ ਲੈਂਦੀ ਪੈਸੇ ਲੈ ਕੇ ਬਾਪੂ ਕੋਲ ਠੀਕ ਹੈ ਅਤੇ ਮੇਰਾ ਵੀਰ ਆਪਾਂ ਉੱਥੇ ਫੁੱਫੜ ਕੋਲ ਫਿਰ ਦੋਨੇ ਇਕੱਠੇ ਲੱਗਾਂਗੇ ਠੀਕ ਹੈ ਰੋਟੀ ਖਾ ਲਈ ਮੇਰਾ ਵੀਰ ਰਾਤ ਨੂੰ ਠੀਕ ਹੈ ਉਸ ਬਚ ਕੇ ਰਹੀ ਉਹਦੇ ਤੋਂ ਠੀਕ ਹੈ ਕੋਈ ਗੱਲ ਚੰਗਾ ਠੀਕ ਆਇਆ ਨਾ ਚਲੋ